श्री गुरु रविदास महाराज जी के 638वें जन्मदिवस के उपलक्ष्य में प्रधान मदन लाल खिंदर व चेयरमैन चौधरी परसराम की अध्यक्षता में एक बैठक की गई। बैठक में फैसला किया गया कि 20 जनवरी 2015 से 1 फरवरी 2015 तक प्रभात फेरियां निकाली जाएंगी और 3 फरवरी 2015 को श्री गुरु रविदास जी महाराज का जन्मदिवस मनाया जाएगा। गुरु प्यारी साध सकत जी, गुरु महाराज जी का पवित्र जन्म दिहाड़ा 638वां जो कि 3 फरवरी 2015 नूं आ रहा है, उस संबंध में अज एक विशेष मीटिंग श्री गुरु रविदास मंदिर कटरा महला विच कीती गई, जिस दी प्रधानगी गुरु घर के प्रधान श्री मदन लाल खिंदर जी और गुरु घर के चेयरमैन चौधरी परसराम ने की। मीटिंग का मुख्य एजेंडा कि गुरु रविदास महाराज जी का पवित्र जन्म दिहाड़ा असी किस ढंग नाल इस बार मनाना है, क्योंकि वेखन जा रहा है कि संगतां दे विच अगे नालों भी ज़्यादा उत्साह है और फैसला किया है प्रधान जी ने और चेयरमैन साहब जी ने कि अगे नालों असी वध चढ़ के सतगुरु रविदास महाराज जी का पवित्र जन्म दिहाड़ा इस साल असी मनाना है और 2 फरवरी 2015 एक विशाल और पवित्र शोभा यात्रा पूरे नगर दे विच निकाली जाएगी। सारियां संगतां नूं बेनती है सभा वल्लों कि हुम हुमा के सारियां संगतां ने सतगुरु रविदास महाराज जी दे जन्म दिन दीआं लख लख खुशियां मनाउणियां। कटरा महला अज पहली मीटिंग शोभा यात्रा दे बारे च कीती गई। ये जो शोभा यात्रा है कांछी नगरी असी 25 तरीक नूं जाना है, पहली तरीक नूं वापस आना है। आगे शोभा यात्रा प्रभात फेरियां कढ़ियां जाणगियां। सारियां संगतां अगे बेनती है ਵੱਧ ਤੋਂ ਵੱਧ ਸੰਗਤਾਂ ਸ਼੍ਰੀ ਗੁਰੂ ਰਵਿਦਾਸ ਮੰਦਰ ਕਟਰਾ ਮਹੱਲਾ ਦੇ ਨਾਲ ਜੁੜੋ। ਸ਼੍ਰੀ ਗੁਰੂ ਰਵਿਦਾਸ ਮੰਦਰ ਕਟਰਾ ਮਹੱਲਾ ਪ੍ਰਸਿੱਧ ਸੰਗਤਾਂ ਦੇ ਵਿੱਚ ਜੋ ਗੁਰੂ ਮਹਾਰਾਜ ਦਾ ਪ੍ਰਗਟ ਦਿਵਸ ਆ ਰਿਹਾ ਹੈ, ਉਸੇ ਉਪਲੱਖ ਵਿੱਚ ਅੱਜ ਪਹਿਲੀ ਮੀਟਿੰਗ ਕੀਤੀ ਜਾ ਰਹੀ ਹੈ, ਜਿਸਦੇ ਵਿੱਚ ਸਭਾ ਹਰ ਸਾਲ ਦੀ ਤਰ੍ਹਾਂ ਕੁਛ ਫੈਸਲੇ ਲਏ ਹਨ, ਜੋ ਕਿ 638ਵਾਂ ਸਾਲਾ ਗੁਰੂ ਮਹਾਰਾਜ ਦਾ ਪ੍ਰਗਟ ਦਿਵਸ ਆ ਰਿਹਾ ਹੈ। ਉਸ ਉਪਲੱਖ ਦੇ ਵਿੱਚ ਮੰਦਰ ਤੋਂ 20 ਜਨਵਰੀ ਵਾਲੇ ਦਿਨ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ, ਜੋ ਕਿ ਸਵੇਰੇ ਠੀਕ 5 ਵਜੇ ਚੱਲਿਆ ਕਰਨਗੀਆਂ ਪ੍ਰਭਾਤ ਫੇਰੀਆਂ। ਸਾਰੀ ਬੱਸੀ ਪਰਿਕਰਮਾ ਕਰਕੇ ਫਿਰ ਮੰਦਰ ਦੀ ਵਾਪਸੀ ਆ ਕੇ ਸਮਾਪਤ ਕੀਤੀ ਜਾਇਆ ਕਰੇਗੀ ਔਰ 1 ਫਰਵਰੀ ਤੱਕ ਇਹ ਪ੍ਰਭਾਤ ਫੇਰੀਆਂ ਚੱਲਣੀਆਂ ਹਨ, ਜੋ ਕਿ ਗੁਰੂ ਮਹਾਰਾਜ ਜਨਮਦਿਨ ਆ ਰਹੇ ਉਸ ਉਪਲੱਖ ਦੇ ਵਿੱਚ 2 ਤਰੀਕ ਵਾਲੇ ਦਿਨ ਇੱਕ ਬੜੀ ਹੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਅੱਗੇ ਦੇ ਨਾਲੋਂ ਵੀ ਵੱਧ ਚੜ੍ਹ ਕੇ ਸੁੰਦਰ ਸੁੰਦਰ ਝਾਕੀਆਂ ਬੈਂਡ ਬਾਜਿਆਂ ਦੇ ਨਾਲ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਅਸੀਂ ਜੁੜ ਕੇ ਸ਼ੋਭਾ ਯਾਤਰਾ 'ਚ ਭਾਗ ਲੈਣਾ ਹੈ ਔਰ 3 ਤਰੀਕ ਵਾਲੇ ਦਿਨ ਗੁਰੂ ਮਹਾਰਾਜ ਦਾ ਜਨਮ ਦਿਨ ਆ ਰਿਹਾ ਹੈ। ਉਸੇ ਉਪਲੱਖੇ ਵਿੱਚ ਮੰਦਰ ਦੇ ਵਿੱਚ ਜੋ ਕਿ ਸਵੇਰੇ ਸੁਬਹਾ 8:30 ਵਜੇ ਦੇ ਕਰੀਬ ਹਵਨ ਕੀਤਾ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਔਰ 10 ਵਜੇ ਦੇ ਕਰੀਬ ਝੰਡੇ ਦੀ ਰਸਮ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਕੀਤੀ ਜਾਏਗੀ। ਉਸ ਤੋਂ ਬਾਅਦ ਸ਼ਬਦ ਕੀਰਤਨ ਹੋਏਗਾ, ਭਾਈ ਰਾਗੀ ਜਥੇ ਬੁਲਾਏ ਜਾਣਗੇ। ਉਹਨਾਂ ਤੋਂ ਬਾਅਦ ਬਹੁਤ ਹੀ ਮਸ਼ਹੂਰ ਕਲਾਕਾਰ ਪੰਜਾਬ ਦੇ ਹਰ ਸਾਲ ਹੀ ਗੁਰੂ ਦੀ ਬਾਣੀ ਦੇ ਵਿੱਚ ਜੋ ਸ਼ਬਦ ਪੜ੍ਹੇ ਜਾਣਗੇ ਔਰ ਦਾਸ ਬੇਨਤੀ ਕਰਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਅਸੀਂ ਹਰ ਸਾਲ ਦੀ ਤਰ੍ਹਾਂ ਵੱਧ ਚੜ੍ਹ ਕੇ ਭਾਗ ਲੈਣਾ ਹੈ, ਕਿਉਂਕਿ ਜੋ ਗੁਰੂ ਘਰ ਦੇ ਵਿੱਚ ਨਖਮਸ ਹੁੰਦਾ ਹੈ ਉਹੀ ਮੁਰਾਦਾਂ ਜਿਹੜੀਆਂ ਗੁਰੂ ਮਹਾਰਾਜ ਪੂਰੀ ਕਰਦੇ ਹਨ ਔਰ ਠੀਕ 2:30 ਵਜੇ ਦੇ ਕਰੀਬ ਗੁਰੂ ਮਹਾਰਾਜ ਦਾ ਟੂਟ ਲੰਗਰ ਵਰਤਾਇਆ ਜਾਏਗਾ। ਆਓ ਅਸੀਂ ਗੁਰੂ ਮਹਾਰਾਜ ਦੇ ਪ੍ਰਗਟ ਦਿਵਸ ਦੇ ਉੱਤੇ ਅਸੀਂ ਲੱਖ ਲੱਖ ਮੌਰਗਾ ਦਿੰਦੇ ਹਾਂ, ਕਿਉਂਕਿ ਅਸੀਂ ਇਸ ਕਰਕੇ 2.5 ਮਹੀਨੇ ਪਹਿਲਾਂ ਮੀਟਿੰਗ ਚਾਲੂ ਕਰਦੇ ਹਾਂ ਕਿ ਅਸੀਂ ਬਨਾਰਸ ਜਾਣਾ ਹੁੰਦਾ ਹੈ, ਜੋ ਕਿ 25 ਦਸੰਬਰ ਵਾਲੇ ਦਿਨ ਜਾਣਾ ਹੈ ਔਰ 2015 ਦੀ 1 ਤਰੀਕ ਨੂੰ ਅਸੀਂ ਵਾਪਸ ਆਉਣਾ ਹੈ। ਰਲ ਮਿਲ ਕੇ ਆਓ, ਅਸੀਂ ਗੁਰੂ ਦਰਸ਼ਨਾਂ ਦੇ ਵਿੱਚ ਜਾ ਰਹੇ ਹਾਂ ਔਰ ਨਾਲ ਹੀ ਆ ਕੇ ਜਨਮਦਿਨ ਦੀ ਤਿਆਰੀਆਂ ਵੀ ਕਰਨੀਆਂ ਹਨ। ਕੁਛ ਗੁਰੂ ਮਹਾਰਾਜ ਤਿਆਰੀਆਂ ਪਹਿਲਾਂ ਸਾਡੇ ਕੋਲ ਕਰਵਾ ਦਿੰਦੇ ਹਨ, ਇਹ ਉਹਨਾਂ ਦੀ ਅਪਾਰ ਕਿਰਪਾ ਹੈ ਔਰ ਸਾਰਿਆਂ ਨੂੰ ਮੈਂ ਗੁਰੂ ਮਹਾਰਾਜ ਦੇ ਪ੍ਰਗਟ ਦਿਵਸ ਦੇ ਉੱਤੇ ਲੱਖ ਲੱਖ ਮੁਬਾਰਕਬਾਦ ਦੇਣਾ ਹਾਂ।